ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਅਰਸ਼ਡਾਲਾ ਬੋਲਦਾ ਜੀ ਅੱਜ ਉਹ ਭਾਈ ਅਮਰਤਪਾਲ ਸਿੰਘ ਜੀ ਦਾ ਮੇਰੇ ਨਾਲ ਨਾਂ ਜੋੜਿਆ ਜਾ ਰਿਹਾ ਉਹ ਬਿਲਕੁਲ ਨਜਾਇਜ਼ ਹੈ ਇਹ ਕੰਮ ਮੈਂ ਕਰਾਇਆ ਆਪਦੇ ਸਿਸਟਮ ਨਾਲ ਕਰਾਇਆ ਆਪਦੀ ਜ਼ਿੰਮੇਵਾਰੀ ਨਾਲ ਕਰਾਇਆ ਕੋਈ ਕਿਸੇ ਦਾ ਇੱਥੇ ਲੈਣ ਦੇ ਨਹੀਂ ਇਹਦਾ ਕੰਮ ਤਾਂ ਹੋਇਆ ਇਹਨੂੰ 6 ਮਹੀਨੇ ਪਹਿਲਾਂ ਫੋਨ ਲਾਇਆ ਸੀਗਾ ਇਹਨੇ ਕਿਸੇ ਦੀਆਂ ਬੁੜੀਆਂ ਦੀਆਂ ਫੋਟੋ ਐਡਿਟ ਕਰੀਆਂ ਸੀ ਗਲਤ ਉਹ ਬੰਦੇ ਨੇ ਮੇਰੇ ਨਾਲ ਕਨੈਕਟ ਕਰਿਆ ਸੀ ਉਹ ਚੱਕਰ 'ਚ ਇਹਨੂੰ ਫੋਨ ਲਾਇਆ ਸੀਗਾ ਮੈਂ ਉਹ ਇਹਦੀਆਂ ਪੋਸਟਾਂ ਚੈੱਕ ਕਰੀਆਂ ਇਹਨੇ ਉਸ ਟਾਈਮ ਆਪਣੇ ਇਹਦੇ ਸੇਕ ਕੌਮ ਦੇ ਅੱਗੂ ਸੀ ਉਹਨਾਂ ਬਾਰੇ ਵੀ ਗਲਤ ਲਿਖਿਆ ਹੋਇਆ ਸੀ ਉਦੋਂ ਮੈਂ ਇਹਨੂੰ ਫੋਨ ਲਾਇਆ ਵੀ ਮੈਂ ਕਿਹਾ ਇੱਕ ਤਾਂ ਤੂੰ ਆ ਫੋਟੋ ਐਡਿਟ ਕਰਨੀ ਹੈ ਬੰਦ ਕਰ ਦੇ ਵੀਰ ਵੀਰ ਕਹਿ ਕੇ ਇਹਦੇ ਨਾਲ ਗੱਲ ਕਰੀ ਤੇ ਕਿਹਾ ਕੌਮ ਦੇ ਅੱਗੂ ਬਾਰੇ ਗਲਤ ਨਾ ਬੋਲਿਆ ਕਰ ਤੇ ਇਹਨੇ ਮੈਨੂੰ ਮੂਰੋ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਇਹਨੇ ਗਾਲਾਂ ਕੱਢੀਆਂ ਸੀ ਮੈਂ ਇਹਨੂੰ ਉਦੋਂ ਹੀ ਕਹਤਾ ਸੀਗਾ ਵੀ ਮੇਰਾ ਵੀਰ ਜੇ ਤੂੰ ਆਹ ਗਾਲ ਕੱਢ ਤਾਂ ਲਈਏ ਇੱਕ ਮਾਂ ਭੈਣ ਦੀ ਤੇ ਹੁਣ ਮੈਂ ਤੈਨੂੰ ਮਾਰੂੰਗਾ ਇਹ ਗਲ ਵਟੇ ਤੇ ਉਦੋਂ ਮੇਰਾ ਨਾ ਫੋਨ ਜਿੱਦਿਆ ਕੋਈ ਇਹਨੇ ਬੈਸ ਬੁਸਾਈ ਕਰਕੇ ਆਪਦੀ ਗੱਲ ਉਦੋਂ ਫੋਨ ਮੇਰਾ ਕੱ ਤੇ ਇਸ ਚੱਕਰ ਤੇ ਇਹਨੂੰ ਮਾਰਿਆ ਤੇ ਦੂਸਰੀ ਗੱਲ ਜਿਹੜੇ ਨੂੰ ਕਹਿੰਦੇ ਬੜਾ ਕੌਮ ਦਾ ਦਰਦੀ ਸੀ ਜੇ ਇੰਨੀ ਦਰਦੀ ਸੀ ਨਾ ਇਹਦੇ ਤੋਂ ਥੋੜਾ ਦੂਰੇ ਖਰੀਨੋ ਤੋਂ ਥੋੜੀ ਦੂਰੀ ਭਗਤਾ ਥੋੜੀ ਦੂਰੀ ਕੋਟਕਪੂਰਾ ਥੋੜੀ ਦੂਰੀ ਡੱਗੁਰਮਣਾ ਉੱਥੇ ਬੈਠੇ ਸੀ ਬੇਅਦਮੀ ਵਾਲੇ ਜਾ ਕੇ ਮਾਰਦਾ ਠੀਕ ਆ ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਕਹਿੰਨੇ ਸਾਨੂੰ ਮਾਰੇ ਤਾਂ ਸੀ ਆ ਉਹ ਜਿਨੇ ਪਰ ਗਾੜੀ ਵਾਲੀ ਬੇਅਦਵੀਂ ਕਰੀ ਸੀ ਨਾ ਭਗਤੇ ਉਹਨੂੰ ਮੈਂ ਮਾਰਾਇਆ ਸੀ ਕਿਉਂਕਿ ਸਾਡੇ ਦਿਲ ਚ ਕੌਮ ਵਾਲੀ ਦਰਦ ਸੀ ਸਾਡੇ ਲਈ ਇਹ ਨਹੀਂ ਸੀ ਵੀ ਰੋਜ਼ ਲਾਈਵ ਹੋ ਕੇ ਬਹਿ ਜਾ ਕਰਕੇ ਵੀ ਅਸੀਂ ਕੌਮ ਦੇ ਬੜੇ ਦਰਦੀਆਂ ਸਾਨੂੰ ਮੈਡਲ ਪਾ ਦੋ ਨਾ ਸਾਨੂੰ ਮੈਡਲਾਂ ਦਿਓ ਅੱਜ ਲੋੜਾ ਨਾ ਕੱਲੂ ਤੁਸੀਂ ਸਾਨੂੰ ਗੈਂਗਸਟਰ ਹੀ ਕਹਿ ਲੋ ਕੋਈ ਦਿੱਕਤ ਨਹੀਂ ਤਾਂ ਮਾੜੇ ਆ ਤੇ ਮਾੜੇ ਹੀ ਰਹਿਣਾ ਅਸੀਂ ਤੇ ਮੇਰਾ ਵੀਰ ਸਾਨੂੰ ਕੋਈ ਚੱਕਰ ਨਹੀਂ ਇਹਨਾਂ ਚੀਜ਼ਾਂ ਦਾ ਸਾਡੇ ਮਨ ਚ ਜੋ ਕੌਮ ਵਾਲੀ ਅਸੀਂ ਕਰ ਜਾਗੇ ਮਰ ਜਾਗੇ ਸਾਨੂੰ ਕੋਈ ਚੱਕਰ ਨਹੀਂ ਮੇਨ ਚੀਜ਼ ਆ ਨਾ ਅੱਜ ਵੀ ਜਿਹੜੇ ਇਹਦੇ ਨਾਲ ਦੇ ਭੌਂਕਦੇ ਫਿਰਦੇ ਆ ਲਾਈਵ ਹੋ ਕੇ ਉਹਨਾਂ ਨੂੰ ਮੈਂ ਕਹਿੰਨਾ ਵਾਂ ਹਜੇ ਵੀ ਡੱਗੋ ਰਮਾਣੇ ਵਾਲਾ ਜਿਉਂਦਾ ਵਾ ਇੱਕ ਦੋ ਬੰਦੇ ਹੋਰ ਬੇਅਦਬੀ ਵਾਲੇ ਜਾਂਉਂਦੇ ਆ ਪੰਜਾਬ ਚ ਕਿੰਨੀਆਂ ਬੇਅਦਬੀਆਂ ਹੋਈਆਂ ਉਹਨਾਂ ਨੂੰ ਮਾਰ ਕੇ ਨਾ ਪ੍ਰੂਵ ਕਰੋ ਵੀ ਤੁਹਾਡੇ ਦਿਲ ਚ ਕੌਮਲੀ ਦਰਦ ਆ ਫੇਸਬੁਕ ਤੇ ਲਾਈਵ ਹੋ ਕੇ ਮਸ਼ਹੂਰ ਨਾ ਹੋ ਕਦੇ ਤੁਸੀਂ ਕਿਹਨੂੰ ਮਾੜਾ ਬੋਲਤਾ ਕੌਮ ਦੇ ਅੱਗੂ ਨੂੰ ਕਦੇ ਕਿਹਨੂੰ ਮਾੜਾ ਬੋਲਤਾ ਐਡੇ ਵੀ ਤੁਸੀਂ ਪੰਜਾਬ ਚੋਂ ਇਕੱਲੇ ਵਿਦਵਾਨ ਨਹੀਂਗੇ ਉੱਠ ਕੇ ਬਾੜਾ ਬੋਲਣ ਲੱਗ ਜਾ ਕਿੰਨੀ ਕ ਤੁਹਾਨੂੰ ਅਕਲ ਜਾ ਕਿੰਨੇ ਕੁ ਤੁਸੀਂ ਸੂਝਵਾਣਾ ਵੀ ਜਿਹੜੇ ਇੱਕ ਲਾਈਵ ਹੋ ਕੇ ਕਿਸੇ ਵੀ ਬੰਦੇ ਨੂੰ ਜੱਜ ਕਰ ਦਿੰਦੇ ਆ ਵੀ ਆਹ ਬੰਦਾ ਜਨਸੰਗਾਂ ਦਾ ਆ ਬੰਦਾ ਜਨਸੰਗਾਂ ਦੇ ਬੰਦੇ ਦਾ ਤੁਸੀਂ ਐ ਜਿਹਨੂੰ ਸਰਕਾਰ ਕੁਝ ਕਹਿੰਦੀ ਨਹੀਂ ਠੀਕ ਹੈ ਜੀ ਜਨਸੰਗਾਂ ਦੇ ਬੰਦੇ ਤੁਸੀਂ ਐ ਜਿਹਨੂੰ ਸਰਕਾਰ ਨੇ ਕੁਝ ਕਹਿੰਦੀ ਜਿਹੜੇ ਨਹੀਂ ਗਏ ਨਾ ਜਨਸੰਗਾਂ ਦੇ ਬੰਦੇ ਉਹ ਜਾਂ ਜੇਲ੍ਹਾਂ 'ਚ ਬੈਠੇ ਆ ਤੇ ਜਾਂ ਉਹ ਅੱਤਵਾਦੀ ਹਲਾਣੇ ਵੇ ਆ ਮੇਰਾ ਵੀਰ ਚੈੱਕ ਕਰਿਓ ਚੰਗੀ ਤਰ੍ਹਾਂ ਇਹਨੂੰ ਤਾਂ ਮਾਰਿਆ ਕੌਮ ਦੇ ਉਲਟ ਗੱਲਾਂ ਕਰਦਾ ਸੀ ਦਿਮਾਗ ਲਾ ਕੇ ਕਰਦਾ ਸੀ ਦੀਪ ਸਿੱਧੂ ਦੀ ਐ ਸੰਪਤੀ ਲੈਂਦਾ ਸੀ ਜਿਹੜਾ ਅੱਛਾ ਸ਼ਹੀਦ ਹੋ ਗਿਆ ਉਹਦੀ ਤਾਂ ਸੈਂਪਥੀ ਲੈਂਦਾ ਸੀ ਅੱਛਾ ਜਿਹੜੇ ਜਿਉਂਦੇ ਆ ਉਹਨਾਂ ਨੂੰ ਇਹ ਮਾੜਾ ਬੋਲਦਾ ਸੀ ਕੱਲੂ ਇਹ ਵੀ ਸ਼ਹੀਦ ਹੋ ਗਏ ਇਹਨਾਂ ਨੂੰ ਵੀ ਚੰਗਾ ਕਹਿਣਾ ਸ਼ੁਰੂ ਕਰ ਦੂ ਜਿਹੜਾ ਗਾਂਹ ਜੂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦੂ ਤੇ ਦੂਸਰੀ ਗੱਲ ਆ ਜਿਹੜੇ ਆ ਵੀਡੀਓ-ਬਿਡੀਓ ਬਣਾਉਂਦੇ ਆ ਆ ਇੰਸਟਾਗ੍ਰam ਤੇ ਕੁੜੀਆਂ ਮੁੰਡੇ ਆ ਸਾਰੇ ਨਿਗਾਚਾ ਸਾਡੇ ਇਹਨਾਂ ਚੋਂ ਵੀ ਇੱਕ ਅੱਧਾ ਹੀ ਚੋਪੜ ਦੇਣਾ ਮੇਰਾ ਵੀਰ ਇਹਨਾਂ ਨੂੰ ਵੀ ਇੱਕ ਸੁਨੇਹਾ ਵਾ ਸੌਖ ਰਤੀ ਆ ਰੂਤੀ ਆ ਜਿੰਨੇ ਵੀ ਆ ਠੀਕ ਹੈ ਇਹਨੂੰ ਮੈਂ ਫੋਨ ਵੀ ਲਾਇਆ ਸੀ ਇਹ ਕਹਿੰਦਾ ਮੈਂ ਵੀਡੀਓ ਬਣਾਉਂਗਾ ਤੇ ਮੈਂ ਇਹਨੂੰ ਇੱਕੋ ਸੁਨੇਹਾ ਦੰਨਾ ਵਾ ਸੌਖ ਰਤੀ ਇਹਨੂੰ ਜਾਂ ਹੋਰ ਇਹਨਾਂ ਦੇ ਮੇਰੇ ਵੀਰ ਇਹਨਾਂ ਦੇ ਪੀਜ ਪੂਜੇ ਹੀ ਜਮਾ ਖਲਾਰ ਦੇਣੇ ਬਾਅਦ ਮਾਰਨੇ ਪੈ ਜਾਣੇ ਸਾਨੂੰ ਠੀਕ ਹੈ ਇਹਨਾਂ ਜੋ ਕੋਈ ਨਾ ਕੋਈ ਪ੍ਰਸ਼ਾਸਨ ਨੂੰ ਵੀ ਬੇਨਤੀ ਇਹਨਾਂ ਨੂੰ ਤੁਸੀਂ ਆਪ ਸਮਝਾ ਲਓ ਆ ਗੰਦ ਪਾਉਣਾ ਇਹ ਬੰਦ ਕਰ ਦੇਣ ਐਨਾਂ ਉਹ ਸਾਨੂੰ ਮਾਰਨੇ ਪੈ ਜਾਣ ਠੀਕ ਹੈ ਜੀ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ ਨੂੰ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਠੀਕ ਹੈ ਪੰਜਾਬ ਦੇ ਜਵਾਖ ਖਰਾਬ ਹੋ ਰਹੇ ਇਹਨਾਂ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਾਂ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਤੇ ਇਹਨਾਂ ਚੋਂ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨਗੇ ਉਦੋਂ ਚੰਗਾ ਪਹਿਲਾਂ ਹੀ ਹਟ ਜਾਣ ਤੇ ਰੈਂਦੀ ਗੱਲ ਮੈਂ ਕੋਈ ਲਿਸਟ ਜਾਰੀ ਨਹੀਂ ਕਰੀ ਇਹ ਜਿਹੜੀਆਂ ਇਹਨਾਂ ਨੇ ਗੱਲਾਂ ੜਾਤੀਆਂ ਇਸ ਵਿੱਚ ਵੀ ਲਿਸਟ ਬਣੀ ਹੈ ਇਹਦੀ ਲਿਸਟ ਬਣੀ ਹੈ ਉਹਦੀ ਲਿਸਟ ਬਣੀ ਹੈ ਜਿਹੜੇ ਕੰਮ ਦਾ ਚੰਗਾ ਕਰਨਗੇ ਅਸੀਂ ਉਹਦੀ ਪ੍ਰਸ਼ੰਸਾ ਹੀ ਕਰਾਂਗੇ ਉਹਨਾਂ ਦਾ ਸਾਥ ਹੀ ਦੇਵਾਂਗੇ ਠੀਕ ਹੈ ਜੀ ਆ ਜਿਹੜੇ ਆ ਕੰਮ ਬਾਰੇ ਮਾੜਾ ਬੋਲਣਗੇ ਅੱਜ ਵੀ ਬੋਲਦੇ ਪਤਾ ਨਹੀਂ ਇਹ ਕਿਹੜੇ ਕੇ ਬੈਠੇ ਆ ਇਹਨਾਂ ਨੂੰ ਮੇਰੀ ਸਿੱਧੀ ਜੀ ਗੱਲ ਆ ਮੇਰਾ ਵੀਰ ਆਪਦਾ ਨੁਕਸਾਨ ਕਰਾ ਲੋਂਗੇ ਆਪਦੇ ਟੱਬਰ ਟੀਰ ਵੇਖ ਲਓ ਜਵਾਕ ਨਾ ਮਰਾਲਿਓ ਸਾਡੇ ਤੋਂ ਠੀਕ ਆ ਇਹ 20 ਲੋਕਾਂ ਦੀ ਲਿਸਟ ਵਾਲੀ ਗੱਲ ਜਮਾ ਝੂਠੀ ਐ ਮੈਨੂੰ ਨਹੀਂ ਪਤਾ ਕਿਨੇ ਡਾਈ ਐ ਬਾਕੀ ਮੁੱਕ ਦੀ ਗੱਲ ਆ ਜਿਨੇ ਜਿਨੇ ਕੌਮ ਦੇ ਬੰਦੇ ਨੂੰ ਮਾੜਾ ਬੋਲਿਆ ਉਹਨਾਂ ਨੂੰ ਉਹਨਾਂ ਦਾ ਬਣਦਾ ਮਿਲਣਾ ਹੀ ਮਿਲਣਾ ਵਾ